ਵੇਖਣ ਵਾਲਿਆਂ ਭਰਾਵਾਂ ਨੂੰ ਅਤੇ ਅੱਜ ਤੁਹਾਨੂੰ ਅਸੀਂ ਆਪਣੇ ਉੱਡਣ ਵਾਲੇ ਪਹਿਲੇ ਸਭ ਤੋਂ ਪਹਿਲੇ ਉੱਡਣ ਵਾਲੇ ਨਰਾਂ ਦਾ ਕਬੂਤਰਾਂ ਦਾ ਸ਼ੋਅ ਕਰਾਵਾਂਗੇ, ਉਸ ਤੋਂ ਬਾਅਦ ਮਾਦੀਆਂ ਦਾ, ਅਤੇ ਤੁਹਾਨੂੰ ਉੱਡਣ ਵਾਲੇ ਕਬੂਤਰ ਆਵਾਂਗੇ ਜਿਹੜੇ ਸਾਡੇ ਕੋਲ ਵਿਸਾਖ ਦੇ ਵਿੱਚ ਅਤੇ ਜੇਠ 'ਚ ਸਾਡੇ ਕੋਲ ਗਰਮੀ 'ਚ ਉੱਡਦੇ ਨੇ ਕਬੂਤਰ ਬਾਜ਼ੀਆਂ ਦੇ ਵਿੱਚ, ਜਿਨ੍ਹਾਂ ਨੂੰ ਮੋੜਾਂ ਦੇ ਵਿੱਚ ਉਡਾਇਆ, ਅਸੀਂ ਉਹਨਾਂ ਦਾ ਤੁਹਾਨੂੰ ਸ਼ੋਅ ਕਰਵਾਵਾਂਗੇ ਅਤੇ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਵੇਖਣ ਦਾ ਕਬੂਤਰ। ਅਤੇ ਜਿਹੜਾ ਮੇਰੇ ਅੱਜ ਕਬੂਤਰ ਹੈ ਸਾਡੇ ਕੋਲ ਤਕਰੀਬਨ 6 ਸਾਲ ਤੋਂ ਉੱਡਦਾ ਪਿਆ, ਘਰ ਦਾ ਕਬੂਤਰ ਹੈ ਸਾਡੇ, ਘਰ ਦਾ ਬੱਚਾ ਹੈ, ਇਹਨਾਂ ਦਾ ਤੁਹਾਨੂੰ ਮਾਂ ਪਿਓ ਵੀ ਵਿਖਾਵਾਂਗੇ ਹੁਣੇ, ਇਸ ਤੋਂ ਬਾਅਦ ਜੋੜਿਆਂ ਵਾਲਾ, ਇਹਦਾ ਤੁਹਾਨੂੰ ਸ਼ੋਅ ਕਰਾਉਂਦੇ ਹਾਂ ਅਸੀਂ। ਇਹ ਵੇਖੋ ਕਬੂਤਰ, ਇਹਦੇ ਪਰ ਵੇਖੋ ਇਹ ਖੱਪੇ ਪਾਇਆ, ਹੁਣ ਅਸੀਂ ਇਹਨਾਂ ਨੂੰ ਵੈਸੇ ਬਾਹਰ ਕੱਢਦੇ ਹਾਂ ਟ੍ਰੇਨਿੰਗ ਵਾਸਤੇ, ਅਤੇ ਗੇੜੇ ਗੂੜੇ ਮਾਰ ਕੇ ਬਹਿੰਦੇ ਨੇ, ਛੇਤੀ ਪੈ ਜਾਂਦੇ ਨੇ, ਖੱਪੇ ਪਾਏ ਹੋਏ ਨੇ, ਇਸ ਵਜ੍ਹਾ ਤੋਂ ਅਸੀਂ ਵਿੱਚੋਂ ਕੱਟੇ ਹੋਏ ਨੇ। ਅਤੇ ਇਹ ਕਬੂਤਰ ਦਾ ਪੱਲਾ ਹੈ, ਇਹ ਦੁੰਬ ਇਹਦੀ, ਠੀਕ ਹੈ, ਇਹ ਲੱਤਾਂ ਵੇਖੋ, ਕਬੂਤਰ ਦੀ ਲੱਤ ਇਵੇਂ ਦੀ ਹੋਣੀ ਚਾਹੀਦੀ ਉੱਡਣ ਵਾਲੇ ਦੀ, ਖੁਸ਼ਕ। ਇਹ ਕਬੂਤਰ ਦਾ ਪੂਰਾ ਬੋਡੀ ਸਟਰਕਚਰ ਚੈੱਕ ਕਰੋ, ਇਹ ਕਬੂਤਰ ਸਾਡੇ ਕੋਲ 7 ਸਾਲ ਤੋਂ 6 ਸਾਲ ਤੋਂ ਉੱਡਣ ਡਿਆ ਹੈ, ਹਰ ਸਾਲ ਬਾਜ਼ੀਆਂ ਚ ਉੱਡਦਾ। ਇਹ ਗੋਲਡਨ ਕਬੂਤਰ ਹੈ, ਇਹ ਸਾਡੇ ਕੋਲ ਇਹਨੂੰ 2 ਸਾਲ ਹੋ ਗਏ ਨੇ, 2 ਸਾਲ ਤੋਂ ਉੱਡਣ ਡਿਆ ਹੈ। ਇਹ ਹੁਣ ਮੌਸਮ ਠੰਡੇ ਨੇ ਅਤੇ ਕਬੂਤਰ ਅਸੀਂ ਖੱਬੇ ਪਾਏ ਹੋਏ ਨੇ ਅਤੇ ਕਦੀ ਕਦੀ ਬਾਹਰ ਕੱਢੀਦੇ ਨੇ, ਠੀਕ। ਇਹ ਗੋਲਡਨ ਕਬੂਤਰ ਹੈ, ਠੀਕ ਹੈ, ਪਿਓਰ ਗੋਲਡਨ ਕਬੂਤਰ ਨੇ। ਇਹ ਵੀ ਗੋਲਡਨ ਕਬੂਤਰ ਹੈ, ਇਹ ਵੀ ਸਾਡਾ 2 ਸਾਲ ਹੈ, 2 ਸਾਲ ਹੋ ਗਏ ਇਹਨੂੰ ਕਬੂਤਰ ਨੂੰ ਉੱਡਦੇ ਉਹਨੂੰ। ਇਹ ਦੁੰਬ ਹੈ, ਸਾਨੂੰ ਜ਼ਿਆਦਾ ਗੋਲਡਨ ਕਬੂਤਰ ਪਸੰਦ ਨੇ ਅਤੇ ਗੋਲਡਨ ਹੀ ਅਸੀਂ ਡਾਨੇ ਹਾਂ, ਲਾਲ ਅੱਖ ਵਾਲੇ ਕਬੂਤਰ। ਟੈਡੀ ਸਾਡੇ ਕੋਲ ਇੰਨਾ ਨਹੀਂ ਸ਼ੌਕ, ਲੇਕਿਨ ਸਾਡੇ ਕੋਲ 3-4 ਜੋੜੇ ਹੈਗੇ ਨੇ ਟੈਡੀਆਂ ਦੇ, ਉਸ ਤੋਂ ਬਾਅਦ ਅਸੀਂ ਜ਼ਿਆਦਾ ਸਾਨੂੰ ਲਾਲ ਅੱਖ ਵਾਲੇ ਗੋਲਡਨ ਕਬੂਤਰ ਪਸੰਦ ਨੇ ਅਤੇ ਅਸੀਂ ਗੋਲਡਨ ਹੀ ਬਹੁਤ ਡਾਨੇ ਹਾਂ। ਸਾਡੇ ਕੋਲ ਅਸੀਂ ਤਕਰੀਬਨ ਸਾਨੂੰ ਛੱਤ ਬਣੀ ਨੂੰ 7 ਸਾਲ ਹੋ ਗਏ ਨੇ ਸਾਡੇ ਕੋਲ, ਅਤੇ ਅਸੀਂ ਜ਼ਿਆਦਾ ਸਾਨੂੰ ਲਾਲ ਅੱਖ ਵਾਲੇ ਪਸੰਦ ਨੇ ਕਬੂਤਰ, ਸਾਡੇ ਕੋਲ ਗੋਲਡਨ ਹੀ ਉੱਡਦੇ ਨੇ। ਇਹ ਕਰਾਸ ਦੇ ਵਿੱਚ ਟੈਡੀ ਦਾ ਅਤੇ ਲਾਲ ਪੜੀ ਦਾ ਕਰਾਸ ਹੈ, ਲਾਲ ਪੜੀ ਕਬੂਤਰ ਹੈਗੇ ਨੇ, ਸਾਰੇ ਟੈਪ ਹੁੰਦੇ ਨੇ ਉਹ ਕਬੂਤਰ। ਇਹ ਟੈਡੀ ਅਤੇ ਲਾਲ ਪੜੀ ਦਾ ਕਰਾਸ ਹੈ, ਇਹ ਵੀ 3 ਸਾਲ ਤੋਂ ਪੱਠਾ ਉੱਡਦਾ ਆ ਰਿਹਾ ਸਾਡੇ ਕੋਲ। ਇਹ ਜਿਹੜਾ ਹੁਣ ਤੁਹਾਨੂੰ ਕਬੂਤਰ ਵਹਾਵਾਂਗੇ, ਇਹ ਮਾਸ਼ਾਅੱਲਾ ਮਾਸ਼ਾਅੱਲਾ ਸਾਡੇ ਕੋਲ ਜੇਠ ਵਾਲੀਆਂ ਬਾਜ਼ੀਆਂ ਦੇ ਵਿੱਚ ਸਾਡੇ ਕੋਲ 7-7 ਵਜੇ ਬੈਠਾ, ਸ਼ਾਮ ਨੂੰ 7-7 ਵਜੇ ਜੇਠ ਦੇ ਵਿੱਚ। ਇਹਨੂੰ ਹੋਰ ਮੌਸਮ 'ਚ ਅਸੀਂ ਡਾਂਦੇ ਹੀ ਨਹੀਂ ਹੈਗੇ, ਇਹ ਸਾਹਮਣੇ ਖਲੋ ਕੇ ਅਤੇ ਰਾਤ ਰਹਿ ਜਾਂਦਾ, ਬੈਠਦਾ ਨਹੀਂ ਹੈਗਾ। ਇਹ ਕਬੂਤਰ 6-7 ਸਾਲ ਤੋਂ ਉੱਡਦਾ ਪਿਆ ਸਾਡੇ ਕੋਲ, ਇਹ ਵੇਖੋ ਇਹਨਾਂ ਨੂੰ ਲਾਲ ਪੜੀ ਕਹਿੰਦੇ ਨੇ,
ਪਾਕਿਸਤਾਨ ਦੇ ਵਿੱਚ ਲਾਲ ਪਰੀ ਕਬੂਤਰ, ਅਤੇ ਲਾਲ ਪਰੀ ਕਬੂਤਰਾਂ ਦਾ ਹਾਲੇ ਪਾਕਿਸਤਾਨ ਦੇ ਵਿੱਚ ਨਾ, ਪਾਕਿਸਤਾਨ ਦੇ ਵਿੱਚ ਲਾਲ ਪਰੀ ਕਬੂਤਰਾਂ ਦਾ ਲੋਕਾਂ ਨੂੰ ਨਹੀਂ ਪਤਾ ਹੈਗਾ ਇੰਨਾ, ਉਹ ਸਿਰਫ ਸਲਾਰੇ ਕਹਿ ਦਿੰਦੇ ਨੇ, ਸਲਾਰੇ ਕਬੂਤਰ ਨੇ, ਅਤੇ ਲੇਕਿਨ ਇਹ ਲਾਲ ਪਰੀ ਨੇ ਜਿਨ੍ਹਾਂ ਨੇ ਬਣਾਏ ਨੇ ਉਹਨਾਂ ਨਾਂ ਰੱਖਿਆ ਨਾ ਲਾਲ ਪਰੀ। ਪਾਸਾਂ ਦੇ ਵਿੱਚ ਹੈਗੇ ਨੇ ਮੀਆਂ ਨਜ਼ੀਰ ਸਾਹਿਬ, ਮਹਿਰੂਮ ਫੋਤ ਹੋ ਗਏ ਨੇ, ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ, ਅਤੇ ਉਹਨਾਂ ਨੇ ਇਹ ਕਬੂਤਰ ਬਣਾਏ ਸੀ ਲਾਲ ਪਰੀ ਕਬੂਤਰ, ਅਤੇ ਹੁਣ ਆ ਕੇ ਤਕਰੀਬਨ 2 ਸਾਲ ਹੋਏ ਨੇ ਲੋਕਾਂ ਨੂੰ ਪਤਾ ਚੱਲਿਆ ਕਿ ਲਾਲ ਪਰੀ ਕਬੂਤਰ ਹੁੰਦੇ ਨੇ, ਠੀਕ ਹੈ ਨਾ। ਇਹ ਉਹਨਾਂ 'ਚੋਂ ਬਣਿਆ ਕਬੂਤਰ, ਇਹਦਾ ਬੋਡੀ ਸਟਰਕਚਰ ਦੇਖੋ, ਇਹ ਵੀ ਟੈਡੀ ਅਤੇ ਅੱਲੀ ਵਾਲੇ ਇੱਕ ਨਸਲ ਹੈਗੀ ਹੈ, ਟੈਡੀ ਅਤੇ ਅੱਲੀ ਵਾਲੇ ਕਬੂਤਰ, ਇਹ ਉਹਨਾਂ 'ਚ ਬਣਿਆ ਹੈ, ਇਹ ਜਿਹੜਾ ਹੁਣ ਨੂੰ ਆਉਣ ਲੱਗੇ, ਅਤੇ ਮਾਸ਼ਾਅੱਲਾ ਬਹੁਤ ਅੱਛਾ ਰਿਜ਼ਲਟ ਇਹਨਾਂ ਦਾ, ਉਡਾਣ ਵਾਲੀਆਂ ਇਹਨਾਂ 'ਚ ਅਖੀਰ ਹੈ। ਅਸੀਂ ਹੁਣ ਸਾਡਾ ਸੀਜ਼ਨ ਸ਼ੁਰੂ ਹੋਣ ਵਾਲਾ, ਅਤੇ 3 ਮਹੀਨੇ ਰਹਿ ਗਏ ਨੇ, ਅਤੇ ਅਸੀਂ ਇਹ ਹੋਰ ਜਿਹੜੇ ਅਸੀਂ ਦਾਣੇ ਨੇ ਵਿਸਾਖ 'ਚ ਕਬੂਤਰ ਦਾਣੇ ਨੇ ਜਿਹੜੇ ਅਸੀਂ ਉਹ ਅਸੀਂ ਇਹ ਹਫ਼ਤੇ ਤੱਕ ਪੁੱਟ ਦੇਣੇ ਨੇ, ਉਹਨਾਂ ਨੂੰ ਪੁੱਟ ਦੇਣਾ, ਉਸ ਤੋਂ ਬਾਅਦ ਜਿਹੜੇ ਜੇਠ 'ਚ ਦਾਣੇ ਨੇ ਉਹ ਅੱਗੋਂ ਫਿਰ 15 ਦਿਨਾਂ ਬਾਅਦ ਤਕਰੀਬਨ 1 ਮਹੀਨੇ ਬਾਅਦ ਅਸੀਂ ਪੁੱਟਣੇ ਨੇ ਜੇਠ ਵਾਲੇ ਕਬੂਤਰ। ਅਤੇ ਇਹ ਵੀ ਤੁਹਾਨੂੰ ਸ਼ੋਅ ਕਰਾਉਂਦੇ ਹਾਂ, ਇਹ ਵੀ ਕਲਾਸ 'ਚ, ਵੀ ਕਲਾਸ ਦਾ ਮਤਲਬ ਹੈ ਟੈਡੀ ਦੇ ਨਾਲ ਲੱਗ ਕੇ ਹੋਰ ਨਸਲ ਉਹਦੇ ਨਾਲ ਨਿਕਲਿਆ ਬੱਚਾ, ਇਹਦਾ ਵੀ ਸ਼ੋਅ ਕਰੋ। ਇਹ ਮੁਸਲਸਲ 5 ਸਾਲ ਤੋਂ ਕਬੂਤਰ ਉੱਡਦਾ ਆ ਰਿਹਾ ਸਾਡੇ ਕੋਲ, ਸਲੇਟਾ, ਸਲੇਟਾ ਵੀ ਕਹਿੰਦੇ ਨੇ ਪਿਆਰ ਨਾਲ, ਇਹਨਾਂ ਨੂੰ ਘੋਗੇ ਵੀ ਕਹਿ ਦਿੰਦੇ ਹਾਂ, ਕਲਰ ਉਵੇਂ ਦੇ ਹੈਗੇ ਨੇ ਇਹਨਾਂ ਦੇ, ਅਤੇ ਵੀ ਮਾਸ਼ਾਅੱਲਾ ਸਾਡੇ ਕੋਲ ਕਾਫੀ ਤਾਦਾਦ 'ਚ ਹੈਗੇ ਨੇ ਇਹਨਾਂ ਦੇ, ਵੱਡ ਵਡੇਰੇ, ਠੀਕ ਹੈ। ਅਤੇ ਇਹਦਾ ਮੁਸਲ ਤੁਹਾਨੂੰ ਮਜ਼ਾ ਆਏਗਾ ਵੇਖਣ ਦਾ, ਇਹ ਵਿਸਾਖ 'ਚ ਅਸੀਂ ਡਾਂਦੇ ਹਾਂ, ਜੇਠ 'ਚ ਨਹੀਂ ਡਾਂਦੇ, ਇਹ ਵਿਸਾਖ 'ਚ ਬਹਿੰਦਾ, ਲਾਈਟਾਂ ਬਾਲਦੇ ਹਾਂ 7 ਵਜੇ 7:30 ਪੱਕਾ, ਬਾਜ਼ੀਆਂ ਦੇ ਵਿੱਚ ਮੋਹਰਾਂ ਦੇ ਵਿੱਚ। ਇਹ ਕਬੂਤਰ ਵੇਖੋ, ਇਹ ਸਲੇਟਾ ਕਬੂਤਰ ਹੈ, ਪਿਆਰ ਨਾਲ ਹੀ ਘੋਗੇ ਗਏ ਨੇ ਇਹਨਾਂ ਨੂੰ ਇੱਥੇ ਲਾਹੌਰ ਦੇ ਵਿੱਚ। ਅਤੇ ਇਹ ਕਬੂਤਰ ਸਲੇਟੇ ਦੇ, ਜ਼ਰਾ ਸਲੇਟਾ ਪਾ, ਸਲੇਟੇ ਦਾ ਕੈਮਰਾ ਕਰੀ ਜ਼ਰਾ, ਹਾਂਜੀ। ਅਤੇ ਵੀਰ ਨੂੰ ਆਖਰੀ ਕਬੂਤਰ ਵਹਾਵਾਂਗੇ, ਕਿਉਂ ਕਬੂਤਰ ਵਹਾਉਣ ਲੱਗੀ ਤਾਂ ਵੀਡੀਓ ਬੜੀ ਲੰਬੀ ਹੋ ਜਾਣੀ, ਠੀਕ ਹੈ ਨਾ। ਅਤੇ ਅਸੀਂ ਉਹ ਵਹਾਏ ਨੇ ਜਿਹੜੇ ਕੋਲ ਸਾਡੇ ਕੋਲ ਮੁਸਲਸਲ 2 ਸਾਲ ਤੋਂ 3 ਸਾਲ ਤੋਂ 5 ਸਾਲ ਤੋਂ ਉੱਡਦੇ ਆਣ ਡੈ ਨੇ ਕਬੂਤਰ, ਉਹ ਕਬੂਤਰ ਅਸੀਂ ਵਹਾਏ ਨੇ। ਅਤੇ ਇਹ ਜਿਹੜਾ ਹੁਣ ਆਖਰੀ ਪੀਸ ਤੁਹਾਨੂੰ ਵਹਾਉਣ ਲੱਗਿਆ, ਅਸਲ ਲਾਲ ਪਰੀ ਕਬੂਤਰ ਜਿਹੜੇ ਹੁੰਦੇ ਨਾ ਉਹ, ਅਤੇ ਅਸਲ ਅਸੀਂ ਇੱਥੇ ਲਾਹੌਰ 'ਚ ਵੈਸੇ ਡਾਂਦੇ ਨਹੀਂ ਹੈਗੇ, ਬਹੁਤ ਘੱਟ, ਅਸੀਂ ਨਹੀਂ ਸਿਰਫ, ਹੋਰ ਵੀ ਬਹੁਤ ਘੱਟ ਲੋਕ ਨੇ ਜਿਹੜੇ ਨਹੀਂ ਡਾਂਦੇ ਅਸਲ ਕਬੂਤਰ। ਉਹਦੇ 'ਚ ਇਹ ਹੁੰਦਾ ਕਿ ਜ਼ਾਇਆ ਹੋ ਜਾਵੇ, ਬੱਚਾ ਡਿੱਗ ਪਵੇ ਬੰਨਿਆ ਹੋਇਆ ਜਾਂ ਨਾ ਬੈਠੇ ਘਰ, ਅਤੇ ਉਹਦੇ ਨਾਲ ਫਿਰ ਸਾਨੂੰ ਬਹੁਤ ਦੁੱਖ ਹੁੰਦਾ, ਕਿਉਂਕਿ ਅਸਲ ਹੁੰਦੇ ਨੇ ਫਿਰ ਅੱਗੇ ਜਾਂਦੇ ਨੇ, ਅਗਲੇ ਦੀ ਨਸਲ ਬਣ ਜਾਂਦੀ ਹੈ, ਜਿਹਦੇ ਵਿੱਚ ਸਾਰੇ ਸਾਰੇ ਕਾਰੀਗਰ ਨੇ ਇਸ ਟਾਈਮ, ਸਾਰੇ ਸਾਰੇ ਖਿਲਾੜੀ ਨੇ ਇਸ ਟਾਈਮ, ਅਤੇ ਇਸ ਵੇਲੇ ਤੋਂ ਅਸਲ ਬਹੁਤ ਘੱਟ ਡਾਂਦੇ ਹਾਂ ਅਸੀਂ ਕਬੂਤਰ, ਅਸੀਂ ਨਹੀਂ ਕੋਈ ਵੀ। ਅਤੇ ਉਸ ਤੋਂ ਬਾਅਦ ਵੀ ਅਸੀਂ ਫਿਰ ਵੀ ਇੱਕ ਅਸੀਂ ਅਸਲ ਡਾਇਆ ਅਸੀਂ ਕਬੂਤਰ, ਅਤੇ ਇਨਸ਼ਾਅੱਲਾ ਸਾਡੇ ਕੋਲ ਉੱਡਦਾ ਪਿਆ, ਬਹੁਤ ਅੱਛਾ ਉੱਡਦਾ ਪਿਆ, ਅਤੇ ਇਹਦਾ ਤੁਹਾਨੂੰ ਹੁਣ ਸ਼ੋਅ ਕਰਾਉਂਦੇ ਹਾਂ। ਇਹ ਵੇਖੋ,
ਇਹਨਾਂ ਦੀ ਖਾਸੀਅਤ ਹੈ ਬਾਹਰ ਦੇ ਜਿਹੜੇ ਪਾੜ ਹੁੰਦੇ ਨੇ ਨਾ ਅੱਠ ਅੱਠ ਨੌ ਨੌ ਕਾਲੇ ਪੱਲੇ ਹੁੰਦੇ ਨੇ ਇਹਨਾਂ ਦੇ ਐਨੀ ਆਪ ਕਬੂਤਰ ਨੇ ਬਹੁਤ ਘੱਟ ਹੈਗੇ ਨੇ ਲੋਕਾਂ ਕੋਲ ਲਾਹੌਰ ਦੇ ਵਿੱਚ ਵੀ ਲਾਹੌਰ ਦੇ ਵਿੱਚ ਵੀ ਹੈ ਸਿਰਫ ਹੋਣਗੇ ਅਤੇ ਪੰਜ ਛੇ ਘਰ ਦੇ ਵਿੱਚ ਹੋਣਗੇ ਕਬੂਤਰ ਹੈ ਘਰਾਂ 'ਚ ਨਹੀਂ ਤਾਂ ਨਹੀਂ ਹੈਗੇ ਕਬੂਤਰ ਹੈ ਵੇਖੋ ਇੱਕ ਪੜ ਦੇ ਦੋ ਹੁੰਦੇ ਜਿਵੇਂ ਮਰਜ਼ੀ ਕਰ ਲਓ ਹੈ ਵੇਖੋ ਠੀਕ ਹੈ ਇਹ ਵੇਖੋ ਇਹਨਾਂ ਦੀਆਂ ਲੱਤਾਂ ਲਾਲ ਪੜੀ ਕਬੂਤਰ ਨੇ ਸਾਡੇ ਸਾਡੇ ਬੜੇ ਪਿਆਰ ਵਾਲੇ ਕਬੂਤਰ ਨੇ ਇਹ ਸਾਨੂੰ ਇੰਨੇ ਕੁ ਪਿਆਰ ਵਾਲੇ ਨੇ ਕਿ ਛੱਡ ਦਵੋ ਤੇ ਇਹਨਾਂ ਦੀ ਅੱਖ ਵੇਖੋ ਜ਼ਰਾ ਥੋੜਾ ਦਰਵਾਜ਼ਾ ਇਹ ਵੇਖੋ ਦਾਦਾ ਇਹਨੂੰ ਇਹਦੀ ਮੈਂ ਵੀਡੀਓ ਨਾ ਜ਼ਰਾ ਕੱਲੇ ਦੀ ਥੋੜ੍ਹੀ ਜਿਹੀ ਕਰਕੇ ਬਣਾਈ ਇਹ ਸਾਡੇ ਸਾਰੇ ਜਿਹੜੇ ਅਸੀਂ ਉਡਾਏ ਹੋਏ ਨੇ ਕਬੂਤਰ ਮੋੜਾਂ 'ਚ ਇਹ ਉਹ ਵਾਲੇ ਕਬੂਤਰ ਨੇ ਉਹ ਇੱਕ ਤੁਹਾਨੂੰ ਉਹ ਵਿੱਚ ਖੜਾ ਕਬੂਤਰ ਨਹੀਂ ਵਿਖਾਇਆ ਕਾਲਾ ਉਹ ਬੂਹਾ ਖੁੱਲ੍ਹਾ ਸੀ ਅਤੇ ਅੰਦਰ ਆ ਗਿਆ ਇਹ ਵਾਲਾ ਇਹ ਨਵੇਂ ਬੱਚੇ ਜਿਹੜੇ ਤਿਆਰ ਹੋਣ ਡਏ ਨੇ ਇਹ ਅਸੀਂ ਅਗਲੇ ਸਾਲ ਡਾਵਾਂਗੇ ਅਗਲੇ ਸਾਲ ਜਿਹੜਾ ਜੇਠ ਦਾ ਹੈਗਾ 19 ਵਾਲਾ ਨਹੀਂ ਆਇਆ ਅਸੀਂ 20 ਵਾਲੇ 'ਚ ਡਾਵਾਂਗੇ ਕਬੂਤਰ 2 ਸਾਲ ਦਾ ਉਹ ਚੰਗਾ ਉੱਡਦਾ ਹੈ ਇਹ ਵੇਖੋ ਇਹ ਲਾਲ ਪੜੀ ਹੈ ਇਹ ਸਲੇਟਾ ਕਬੂਤਰ ਹੈ ਸਾਡਾ ਵਿਸਾਖ 'ਚ ਡਾਂਦੇ ਹਾਂ ਅਸੀਂ ਇਹਨੂੰ ਜੇਠ 'ਚ ਨਹੀਂ ਡਾਂਦੇ ਇਹ ਵੇਖੋ ਇਹ ਸਾਰੇ ਕਬੂਤਰ ਕਬੂਤਰ ਤਾਂ ਮਾਸ਼ਾਅੱਲਾ ਬਹੁਤ ਜ਼ਿਆਦਾ ਤਾਦਾਦ ਹੈ ਸਾਡੇ ਕੋਲ ਲੇਕਿਨ ਅਸੀਂ ਫਿਰ ਵੀ ਤੁਹਾਨੂੰ ਸਲੈਕਟਡ ਵਿਖਾਏਗੇ ਜਿਹੜੇ ਸਾਡੇ ਪਰਫੋਰਮੈਂਸ ਕਰਦੇ ਨੇ ਜਿਹੜੇ ਸਾਡੇ ਕੋਲ ਉੱਡਦੇ ਨੇ ਕਬੂਤਰ ਇਹ ਉਹ ਵਾਲੇ ਕਬੂਤਰ ਨੇ ਜੀ ਸਲਾਮ ਵਾਲੇਕੁਮ ਜੀ ਅੱਗੇ ਪੀੜਾਂ ਨੂੰ ਵਿਖਾਏ ਨੇ ਨਰ ਵਿਖਾਏ ਨੇ ਅਤੇ ਉੱਡਣ ਵਾਲੇ ਅਤੇ ਹੁਣ ਤੁਹਾਨੂੰ ਮਾਦੀਆਂ ਦਾ ਸ਼ੋਅ ਕਰਾਉਂਦੇ ਹਾਂ ਅਤੇ ਮਾਦੀਆਂ ਵੀ ਤੁਹਾਨੂੰ ਚੰਦ ਮਾਦੀਆਂ ਵਿਖਾਵਾਂਗੇ ਕਿਉਂਕਿ ਵੀਡੀਓ ਅੱਗੇ ਵੀ ਬੜੀ ਲੰਬੀ ਹੋ ਜਾਂਦੀ ਹੈ ਇਸ ਵਜ੍ਹਾ ਨਾਲ ਤੁਹਾਨੂੰ ਚੰਦ ਮਾਦੀਆਂ ਵਿਖਾਵਾਂਗੇ ਜਿਹੜੀਆਂ ਅਸੀਂ ਬਾਜ਼ੀਆਂ 'ਚ ਉਡਾਉਂਦੇ ਹਾਂ ਠੀਕ ਹੈ ਉਹ ਮਾਦੀਆਂ ਤੁਹਾਨੂੰ ਸ਼ੋਅ ਕਰਾਉਂਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਗੋਲਡਨ ਮਾਦੀ ਵਿਖਾਉਂਦੇ ਹਾਂ ਕਿਉਂਕਿ ਸਾਡੇ ਕੋਲ ਹੈਗੇ ਗੋਲਡਨ ਨੇ ਜ਼ਿਆਦਾ ਅਸੀਂ ਗੋਲਡਨ ਹੀ ਫਿਰ ਜ਼ਿਆਦਾ ਉਡਾਉਂਦੇ ਹਾਂ ਗੋਲਡਨ ਮਾਦੀ ਇਹ ਵੀ ਸਾਡੇ ਕੋਲ 4 ਸਾਲ ਤੋਂ ਮੁਸਲਸਲ ਉੱਡਦੀ ਪਈ ਜੇਠ ਦੇ ਵਿੱਚ ਵਿਸਾਖ 'ਚ ਅਤੇ ਜੇਠ 'ਚ ਕਰਾਸ ਦਾ ਗੋਲਡਨ ਦਾ ਕਰਾਸ ਹੈਗਾ ਇਹ ਮਾਦੀ ਵੀ ਇਹਨੂੰ ਇਹ ਜੀ 2019 'ਚ ਤੀਸਰਾ ਸਾਲ ਹੋ ਜਾਣਾ ਪਿੱਛੋਂ 2 ਸਾਲ ਤੋਂ ਉੱਡਦੀ ਆਉਣ ਡਈ ਹੈ ਇਹਨੂੰ ਇਹ ਤੀਸਰਾ ਸਾਲ ਹੈ ਸਾਡੇ ਕੋਲ ਉੱਡਦੀ ਗੋਲਡਨ ਮਾਦੀ ਇਹਨੂੰ ਐਤਕੀ ਤੀਸਰਾ ਸਾਲ ਹੈ ਇਹਦੀ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦਿੰਦੀ ਮੈਨੂੰ ਪਸੰਦ ਲੱਗਦੀ ਇਹਦੀ ਦੁੰਬ ਬਿਲਕੁਲ ਐਡੀ ਕੁ ਦੁੰਬ ਇਹਦੀ ਅਤੇ ਬੜੀ ਅੱਛੀ ਉੱਡਦੀ ਲੱਗਦੀ
ਜ਼ੀਰੀ ਮਾਦੀ ਹੈ ਅਤੇ ਇਹ ਵੀ ਗੋਲਡਨਾਂ 'ਚੋਂ ਹੀ ਹੈ ਅਤੇ ਲੇਕਿਨ ਇਹ ਕਰਾਸ 'ਚੋਂ ਅਤੇ ਇਸ ਵਜ੍ਹਾ ਤੋਂ ਜ਼ੀਰਾ ਇਹਨੇ ਰੰਗ ਕਲਰ ਜ਼ੀਰਾ ਪਾਇਆ ਇਹਨੇ ਜ਼ੀਰੀ ਇਹ ਵੀ ਸਾਡੇ ਕੋਲ ਤਕਰੀਬਨ 4 ਸਾਲ ਤੋਂ ਉੱਡਦੀ ਆਂਡੀ ਮੁਸਲਸਲ ਉੱਡਦੀ ਆਂਡੀ ਹੈ ਲੇਕਿਨ ਜੇਲ੍ਹ 'ਚ ਜਿਹੜੀ ਅਸੀਂ ਇਹ ਨਹੀਂ ਸੀ ਪਾਈ ਉਹਦੀ ਵਜ੍ਹਾ ਇਹ ਸੀ ਕਿ ਫਟਕਾਂ ਦੇ ਵਿੱਚ ਰਾਤ ਨੂੰ ਬਹਿੰਦੀ ਬਹਿੰਦੀ ਨੇੜੇ 'ਚ ਲਾਈਟਾਂ ਬੰਦ ਹੋ ਗਈਆਂ ਸੀ ਅਤੇ ਚਲੀ ਗਈ ਸੀ ਅਤੇ ਉਹਦੇ ਪੈਰ 'ਚ ਅਸੀਂ ਨੰਬਰ ਪਾਇਆ ਸੀ ਫੋਨ ਨੰਬਰ ਅਤੇ ਫਿਰ ਅਸੀਂ ਇਹਨੂੰ ਦੁਬਾਰਾ ਲੈ ਕੇ ਆਏ ਤਾਂ ਬੱਚਿਆਂ ਨੇ ਫੜੀ ਸੀ ਅਤੇ ਉਹਨਾਂ ਨੇ ਕੱਟ ਦਿੱਤਾ ਸੀ ਅਤੇ ਇਸ ਵਜ੍ਹਾ ਤੋਂ ਫਿਰ ਅਸੀਂ ਇਹਨੂੰ ਨਹੀਂ ਡਾਇਆ ਸੀ ਪੈਰ 'ਚ ਇਹ ਚੀਨੀ ਮਾਦੀ ਇਹ ਸਾਡੇ ਕੋਲ ਪਿਛਲੇ ਸਾਲ ਬੱਚਾ ਸੀ ਅਤੇ ਬਹੁਤ ਅੱਛਾ ਉੱਡਦਾ ਰਿਹਾ ਬੱਚਾ ਵੀ ਹੈ ਠੀਕ ਹੈ ਅਤੇ ਇਹਦਾ ਤੁਹਾਨੂੰ ਸ਼ੋਅ ਕਰਾਉਂਦੇ ਹਾਂ ਬੜੀ ਅੱਛੀ ਮਾਦੀ ਹੈ ਇਹ ਵੀ ਗੋਲਡਨ ਹੈ ਲਾਲ ਅੱਖ ਵਾਲੀ ਮਾਸੀ ਇਹਦਾ ਵੀ ਸ਼ੋਅ ਕਰੋ ਜਿੰਨੇ ਵੀ ਤੁਹਾਨੂੰ ਵਹਾਂ ਢਾਇਆ ਸੀ ਇਹ ਸਾਡੇ ਬਾਜ਼ੀਆਂ ਵਾਲੇ ਕਬੂਤਰ ਨੇ ਜਿਹੜੇ ਸਾਡੇ ਕੋਲ 4 ਸਾਲ ਤੋਂ 3 ਸਾਲ ਤੋਂ 2 ਸਾਲ ਤੋਂ ਉੱਡਦੇ ਆਉਣ ਢਾਇਆ ਅਤੇ ਫਿਰ ਅਸੀਂ ਉੱਥੋਂ ਵੀਡੀਓ ਖਤਮ ਕਰਾਂਗੇ ਜਿੱਥੋਂ ਅੱਗੇ ਕੀਤੀ ਇਹ ਤੁਹਾਨੂੰ ਦੱਸਿਆ ਕਿ ਸਾਡੇ ਪਿਆੜ ਵਾਲੇ ਕਬੂਤਰ ਨੇ ਇਹ ਵੀ ਲਾਲ ਬੜੀ ਹੈ ਕਰਾਸ 'ਚ ਲੇਕਿਨ ਅਸੀਂ ਇਹ ਡਾਂਟ ਹੈ ਇਹਦਾ ਵੀ ਤੁਹਾਨੂੰ ਮਜ਼ਾ ਆਏਗਾ ਇਹ ਵੀ ਲਾਲ ਬੜੀ ਹੈ ਲੇਕਿਨ ਇਹ ਅਸਲ ਨਹੀਂ ਹੈ ਕਰਾਸ 'ਚ ਵੀ ਸਾਡੇ ਕੋਲ ਚਲੋ ਬਸ ਕਰੀਏ ਇਹ ਆਖਰੀ ਤੁਹਾਨੂੰ ਮਾਦੀ ਵਹਾਉਣ ਲੱਗੇ ਹਾਂ ਇਸ ਤੋਂ ਬਾਅਦ ਤੁਹਾਨੂੰ ਜੋੜਿਆ ਵਾਲੇ ਕਬੂਤਰ ਵਹਾਵਾਂਗੇ ਅਤੇ ਇਹ ਵੇਖੋ ਮਾਦੀਆਂ ਨੇ ਸਾਡੀ ਜੋ ਵਹਾਣ ਲੱਗੇ ਤੇ ਵੇਟ ਜੀ ਕਬੂਤਰ ਤੇ ਬਹੁਤ ਜ਼ਿਆਦਾ ਲੇਕਿਨ ਫਿਰ ਵੀ ਵੀੜਾਂ ਨੂੰ ਉਹ ਵਹਾ ਰਹੇ ਨੇ ਕਿ ਜਿਹੜੇ ਸਾਡੇ ਕੋਲ ਚੰਗੇ ਉੱਡਦੇ ਆ ਰਹੇ ਨੇ ਮਾਦੀਆਂ 'ਚ